ਸਤਿ ਸ਼੍ਰੀ ਅਕਾਲ ਜੀ ਸਾਰੇ ਜਣਾਂ ਨੂੰ ਹੋਰ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰਿਆਂ ਨੇ ਵਧੀਆ ਹੋਵੇ ਸੋ ਗਾਈਜ਼ ਅੱਜ ਆਪਾਂ ਆ ਗਏ ਇੱਕ ਨਵੇਂ ਵਲੌਗ ਦੇ ਨਾਲ ਅੱਜ ਦਾ ਸੀਨ ਇਹ ਆ ਕਿ ਆਪਾਂ ਚੱਲੇ ਹਾਂ RCF ਮੀਨਸ ਰੇਲ ਕੋਚ ਫੈਕਟਰੀ ਜਿੱਥੇ ਕਿ ਕੋਚਿਸ ਬਣਦੇ ਆ ਟ੍ਰੇਨਾਂ ਦੇ ਉੱਥੇ ਤੁਹਾਨੂੰ ਲੈ ਕੇ ਚੱਲਦੇ ਹਾਂ ਦਿਖਾਉਂਦੇ ਹਾਂ ਉੱਥੋਂ ਦਾ ਵਿਊ ਬਾਕੀ ਆਪਾਂ ਤਾਂ ਆਪਣੇ ਨਾਲ ਹੋਰ ਵੀ ਆ 3 ਜਣੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਛ ਸੋ ਗਾਈਜ਼ ਆਪਾਂ ਫਾਈਨਲੀ ਪਹੁੰਚ ਚੁੱਕੇ ਹਾਂ ਕਿ ਰੇਲ ਕੋਚ ਫੈਕਟਰੀ ਅਤੇ ਇਹ ਆ ਗੇਟ ਨੰਬਰ 3 ਰੇਲ ਕੋਚ ਫੈਕਟਰੀ ਦਾ ਕਾਫੀ ਇੱਥੇ ਸ਼ੋਪਸ ਵਗੈਰਾ ਹੈਗੀਆਂ ਵਾ ਐਂਡ ਇਹ ਤੁਸੀਂ ਦੇਖ ਸਕਦੇ ਆ ਰੇਲ ਕੋਚ ਫੈਕਟਰੀ ਗੇਟ ਨੰਬਰ 3 ਆਇਓ ਤੁਹਾਨੂੰ ਬਾਕੀ ਦਿਖਾਉਂਦੇ ਹਾਂ ਐਂਟਰੀ ਰੇਲ ਕੋਚ ਫੈਕਟਰੀ ਦੀ ਸੋ ਇਹ ਆਪਾਂ ਪਹੁੰਚ ਚੱਲੇ ਹਾਂ ਜੀ ਰੇਲ ਕੋਚ ਫੈਕਟਰੀ ਫਾਈਨਲੀ ਗਾਈਜ਼ ਆਪਾਂ ਹੁਣ ਐਂਟਰ ਹੋ ਚੁੱਕੇ ਹਾਂ ਰੇਲ ਕੋਚ ਫੈਕਟਰੀ ਦੇ ਅੰਦਰ ਦੀ ਦੇਖ ਸਕਦੇ ਹਾਂ ਵਿਊ ਰੇਲ ਕੋਚ ਫੈਕਟਰੀ ਦਾ ਕਾਫੀ ਜ਼ਿਆਦਾ ਇੱਥੇ ਗ੍ਰੀਨਰੀ ਮੇਨਟੇਨ ਕੀਤੀ ਹੋਈ ਆ ਐਂਡ ਬੂਟੇ ਵਗੈਰਾ ਵੀ ਬਹੁਤ ਲਾਏ ਹੋਏ ਆ ਐਂਡ ਰੋਡਸ ਵਗੈਰਾ ਵੀ ਕਾਫੀ ਵਧੀਆ ਵਾ ਇੱਥੇ ਐਂਡ ਬਾਕੀ ਆ ਲਓ ਤੁਹਾਨੂੰ ਦਿਖਾ ਦਿੰਦੇ ਇੱਥੋਂ ਦਾ ਵਿਊ ਇਹ ਸਾਈਡਾਂ ਦੇ ਕੁਆਟਰਸ ਵਾ ਸਾਰੇ ਦੇਖ ਸਕਦੇ ਆਪਣੇ ਟ੍ਰੇਨ ਐਂਡ ਤੁਹਾਨੂੰ ਦਿਖਾ ਦਿੰਦੇ ਹਾਂ ਹੁਣ ਇੱਥੇ ਕੰਪਲੈਕਸ ਵੀ ਆ ਇੱਥੇ ਐਂਪਲੋਈ ਜਿੰਨੇ ਵੀ ਹੈਗੇ ਉਹ ਸ਼ੋਪਿੰਗ ਵਗੈਰਾ ਕਰਦੇ ਆ ਐਂਡ ਕੰਪਲੈਕਸ ਦੇ ਨਾਲ ਹੀ ਇੱਥੇ ਸਾਰਾ ਬੈਂਕਿੰਗ ਸੈਕਟਰ ਵੀ ਨਾਲ ਹੀ ਆਵੇ ਦਿੱਤਾ ਹੋਇਆ ਬਾਕੀ ਇਹ ਆ ਦੇਖ ਸਕਦੇ ਤੁਸੀਂ ਇਹ ਆਫਿਸ ਵਾ ਜਿੱਥੇ ਵੱਡੇ ਵੱਡੇ ਆਫਿਸਰਸ ਲੈਂਦੇ ਆ ਤਾਂ ਸੌਰੀ ਵਰਕ ਕਰਦੇ ਆ ਮੀਨਸ ਛੋਟੇ ਆਫਿਸ ਨੇ ਹਰ ਇੱਕ ਜਿੱਦਾਂ ਇਲੈਕਟ੍ਰੀਕਲ ਦਾ ਅਲੱਗ ਆ ਠੀਕ ਹੈ ਵਾਟਰ ਸਪਲਾਈ ਵਾਲਾ ਅਲੱਗ ਆ ਐਂਡ ਇਹ ਤਾਂ ਜਸਟ ਓਵਰਵਿਊ ਆ ਤੁਹਾਨੂੰ ਇੱਕ RCF ਦਾ ਦੇਣ ਦੇ ਬਟ ਇਹਦੀ ਇੱਕ ਡਿਟੇਲਡ ਵੀਡੀਓ ਆਊਗੀ ਤੁਸੀਂ ਉਹ ਜ਼ਰੂਰ ਦੇਖਿਓ ਇਹ ਸਿਰਫ ਓਵਰਵਿਊ ਦਵਾਂਗੇ ਕਿ ਕਿੱਦਾਂ ਦੀ ਲੱਗਦੀ ਆ ਹੈ ਕੀ ਕੀ ਅੰਦਰ ਆ ਜਿੱਦਾਂ ਇੱਧਰ ਸਿਮਰਾ ਲੈਫਟ ਸਾਈਡ ਦਿਖਾਈ ਲੈਫਟ ਸਾਈਡ ਵੀ ਲੈਫਟ ਸਾਈਡ ਜਿੰਨੇ ਵੀ ਕੁਆਟਰ ਸਾਰੇ ਦੇਖ ਰਹੇ ਹੋ ਸਾਰੇ ਆਫਿਸਰਸ ਇੱਕ ਜਸਟ ਓਵਰਵਿਊ ਆ ਇੱਕ ਡਿਟੇਲ ਵੀਡੀਓ ਜ਼ਰੂਰ ਆਊਗੀ ਇਹਦੀ ਉਹ ਸ਼ਾਇਦ ਥੋੜਾ ਟਾਈਮ ਲੱਗੂਗਾ ਇਹ ਸਾਹਮਣੇ ਹੈਗੀ ਆ ਲੇਕ ਆਹ ਸਾਹਮਣੇ ਜਿਹੜਾ ਰਾਹ ਜਾਂਦਾ ਇਹ ਜਾਂਦਾ ਵਾ ਲੇਕ ਵੱਲ ਬਹੁਤ ਹੀ ਵਧੀਆ ਵਿਊ ਆ ਲੇਕ ਦਾ ਵੀ ਉਹ ਵੀ ਤੁਹਾਨੂੰ ਦਿਖਾਵਾਂਗੇ ਐਂਡ ਬਾਕੀ ਆਹ ਤੁਸੀਂ ਦੇਖ ਸਕਦੇ ਹੋ ਰਾਈਟ ਹੈਂਡ ਸਾਈਡ ਇੱਧਰ ਆ ਸਾਰਾ ਹੌਸਪੀਟਲ ਇਹ ਆ ਜੀ ਇੱਥੇ ਆ ਗਿਆ ਬਾਰਿਸ਼ ਹਾਲ ਜਿੱਥੇ ਕਿ ਛੋਟੇ ਮੋਟੇ ਫੰਕਸ਼ਨਸ ਵਗੈਰਾ ਸਾਰੇ ਫੈਕਟਰੀ ਦੇ ਇੱਥੇ ਕੰਡਕਟ ਕੀਤੇ ਜਾਂਦੇ ਫੈਕਟਰੀ ਦੇ ਅੰਦਰ ਮੀਨਸ ਹਰ ਇੱਕ ਫੈਸਿਲਿਟੀ ਅਵੇਲੇਬਲ ਆ ਲਾਈਕ ਜਿੱਦਾਂ ਸਕੂਲ ਵਗੈਰਾ ਵੀ ਅਵੇਲੇਬਲ ਆ ਇੱਥੇ ਪੰਜਾਬ ਗਵਰਨਮੈਂਟ ਦੇ ਸਕੂਲ ਵੀ ਹੈਗੇ ਐਂਡ CBSE ਦੇ ਵੀ ਆ ਸੀਨੀਅਰ ਸੈਕੰਡਰੀ ਸਕੂਲ ਦਾ ਵੀ ਦੇਖ ਸਕਦੇ ਆ ਵਧੀਆ ਸਕੂਲ ਆ ਐਂਡ ਹਸਪੀਟਲ ਵਗੈਰਾ ਵੀ ਤੁਹਾਨੂੰ ਦਿਖਾ ਦਿੱਤੇ ਉਹ ਵੀ ਅਵੇਲੇਬਲ ਆ ਐਂਡ ਬਾਕੀ ਹੁਣ ਤੁਹਾਨੂੰ ਹੁਣ ਇਹ ਕੁਆਟਰਸ ਵੀ ਦਿਖਾ ਦਿੰਦੇ ਆ ਕਿਸ ਟਾਈਪ ਦੇ ਆ ਕੁਆਟਰ ਹੁੰਦੇ ਪੰਜਾਬ ਗਵਰਨਮੈਂਟ ਦੇ ਅੰਦਰ ਹੁੰਦਾ ਵਾ ਚੀਜ਼ਾਂ ਇਹਨੂੰ ਖਰਾਬ ਵਗੈਰਾ ਬਣਾਈ ਜਾਂਦੀ ਤਾਂ
ਕਰ ਸਕਦੇ ਆਪਾਂ ਮੈਰਿਜ ਹੋ ਗਈ ਜਾਂ ਹੋਰ ਕੋਈ ਛੋਟੇ ਮੋਟੇ ਫੰਕਸ਼ਨ ਹੋ ਗਏ ਇਹਦੇ ਅੱਗੇ ਜਾ ਕੇ ਜਿੰਮ ਵੀ ਹੈਗੀ ਆ ਹਾਂਜੀ ਹਾਂ ਜਿੰਮ ਵਗੈਰਾ ਵੀ ਅਵੇਲੇਬਲ ਆ ਕਾਫੀ ਚੀਜ਼ਾਂ ਵਾ ਬਹੁਤ ਵਧੀਆ ਫੈਸਿਲਿਟੀ ਹੈ ਇੱਥੇ ਦਿੱਤੀ ਜਾਂਦੀ ਫੈਕਟਰੀ ਏਸ਼ੀਆ ਦੀ ਨੰਬਰ 1 ਫੈਕਟਰੀ ਆ ਇਹ ਬੈਡਮਿੰਟਨ ਹੋਰ ਵੀ ਹੋਕੀ ਗਰਾਊਂਡ ਹੋ ਗਿਆ ਕ੍ਰਿਕਟ ਗਰਾਊਂਡ ਹੋ ਗਿਆ ਹੋਰ ਵੀ ਬਹੁਤ ਜਿੱਥੇ ਪ੍ਰੈਕਟਿਸ ਲਈ ਵਗੈਰਾ ਅਲੱਗ ਅਲੱਗ ਬਣਾਏ ਗਏ ਨੇ ਇੱਥੇ ਛੋਟੇ ਛੋਟੇ ਆਫਿਸਿਸ ਹੋਣਗੇ ਅੰਦਰ ਅਤੇ ਹੋਰ ਛੋਟਾ ਆਫਿਸ ਆ ਗਿਆ ਇੱਥੇ ਜਿੱਦਾਂ ਅਲੱਗ ਅਲੱਗ ਟਾਈਪ ਆ ਇੱਥੇ ਉਹਦੇ ਅਲੱਗ ਅਲੱਗ ਆਫਿਸ ਨੇ ਉਹਦੇ ਦਿਖਾਏ ਕੁਝ ਦਿੱਤੇ ਗਏ ਨੇ ਰਾਹ ਦਾ ਛੋਟਾ ਆਫਿਸ ਹੋ ਗਿਆ ਰਾਹ ਦੀ ਜਿਹੜੇ ਤੁਸੀਂ ਦੇਖ ਸਕਦੇ ਆ ਆਫਿਸ ਆ ਬਾਕੀ ਤੁਹਾਨੂੰ ਦਿਖਾ ਦਿੰਦੇ ਆਪਾਂ ਐਡਮਿਨ ਬਲੌਕ ਮੀਨਸ ਇੱਥੇ ਕਿ ਸਾਰਾ ਫੈਕਟਰੀ ਦਾ ਜਿੰਨਾ ਵੀ ਆਫਿਸ ਵਰਕ ਆ ਜਾਂ ਪੇਪਰ ਵਰਕ ਆ ਜਿੰਨਾ ਵੀ ਉਹ ਹੁੰਦਾ ਵਾ ਇਹ ਨਾਲ ਹੀ ਉਹਦੇ ਸਾਈਡ ਦੇ ਉੱਤੇ ਵਰਕਸ਼ਾਪ ਆ ਜਿੱਥੇ ਕਿ ਟ੍ਰੇਨਸ ਵਗੈਰਾ ਜਾਂ ਕੋਚਿਸ ਜਿਹੜੇ ਆ ਟ੍ਰੇਨਾਂ ਦੇ ਉਹ ਬਣਦੇ ਆ ਉਹਦੇ ਅੰਦਰ ਐਕਚੁਅਲੀ ਆਪਾਂ ਜਾ ਨਹੀਂ ਸਕਦੇ ਬਟ ਤੁਹਾਨੂੰ ਬਾਹਰੋਂ ਹੀ ਦਿਖਾਵਾਂਗੇ ਹੈਲੋ ਸੋ ਆਹ ਦੇਖ ਸਕਦੇ ਹਾਂ ਤੁਸੀਂ ਵਿਊ ਉਹ ਐਡਮਿਨ ਬਲੌਕ ਆ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਕੁਆਟਰਸ ਜਿੰਨੇ ਵੀ ਆਰ ਸੀ ਐਫ ਦੇ ਆ ਸਾਰੇ ਕੁਆਟਰ ਤੁਹਾਨੂੰ ਦਿਖਾਉਂਦੇ ਹਾਂ ਹੋਰ ਬਾਈ ਮੁੰਡਿਓ ਕੀ ਹਾਲ ਆ ਆਹ ਦੇਖ ਸਕਦੇ ਹਾਂ ਕੁਆਟਰ ਆਏਗੇ ਸਾਰੇ ਆਰ ਸੀ ਐਫ ਦੇ ਆਹ ਦੋ ਛਲਾਰੂ ਆਏ ਨਾ ਇਹ ਆਪਣੇ ਫਰੈਂਡ ਹੀ ਆ ਦੋ ਬੜੇ ਰਾਹ ਦੇ ਵਿੱਚ ਕਿਤੇ ਗਵਾਚ ਗਏ ਸੀਗੇ ਇਸ ਕਰਕੇ ਹੁਣੇ ਹੀ ਮਿਲੇ ਆਪਾਂ ਨੂੰ ਇੱਥੇ ਵੀ ਦੇਖ ਸਕਦੇ ਆ ਪਾਰਕ ਵਗੈਰਾ ਵੀ ਆ ਬੱਚਿਆਂ ਦੇ ਖੇਲਣ ਵਗੈਰਾ ਦੀ ਪਾਰਕ ਵੀ ਵਧੀਆ ਬਣਾਏ ਗਏ ਆ ਸਿੰਗਰ ਸਾਹਿਬ ਸਾਡੇ ਇਹ ਗਾਈਜ ਆ ਗਿਆ ਆਪਣਾ ਕੇਂਦਰੀ ਵਿਦਿਆਲਿਆ ਸਕੂਲ ਫੈਕਟਰੀ ਦਾ ਇੱਥੇ ਦੋ ਕੇਂਦਰੀ ਵਿਦਿਆਲਿਆ ਐਕਚੁਅਲੀ ਇੱਕ ਕੇਂਦਰੀ ਵਿਦਿਆਲਿਆ 1 ਵਾ ਤੁਸੀਂ ਦੇਖ ਸਕਦੇ ਆ ਕੇਂਦਰੀ ਵਿਦਿਆਲਿਆ 1 ਬਾਕੀ ਆ ਵਿਆ ਕੁਝ ਆਹ ਮੁੰਡੇ ਕੁਝ ਕਹਿੰਦੇ ਇਹਨਾਂ ਦੀ ਵੀ ਸੁਣ ਲਓ ਆਹ ਹੁਣ ਬੋਲੋ ਕੈਮਰੇ ਦੇ ਸਾਹਮਣੇ ਬੰਦੀ ਹੋ ਜਾਂਦੀ ਬੋਲਦੀ ਤੁਹਾਡੀ ਸਾਰਿਆਂ ਦੀ ਆਵੇ ਆਹ ਦੇਖ ਸਕਦੇ ਆ ਤੁਸੀਂ ਇੱਥੇ ਸਕੂਲ ਆ ਗਿਆ ਕੇਂਦਰੀ ਵਿਦਿਆਲਿਆ ਕਾਫੀ ਵੱਡਾ ਸਕੂਲ ਆ ਵੈਸੇ ਇਹ ਮੇਰਾ ਬ੍ਰਦਰ ਇੱਥੇ ਹੀ ਪੜਿਆ ਮੈਂ ਕੇਵੀ 2 ਚ ਪੜਿਆ ਕੇਵੀ 1 ਦੇ ਵਿੱਚ ਪੜਿਆ ਜੀ ਆ ਗਿਆ ਹੁਣ ਇੱਥੇ ਕਮਿਊਨਿਟੀ ਹਾਲ ਜਿੱਥੇ ਕੋਈ ਵੀ ਫੰਕਸ਼ਨ ਵਗੈਰਾ ਹੁੰਦਾ ਮੈਰਿਜ ਹੁੰਦੀ ਆ ਇੱਥੇ ਹੀ ਅਰੇਂਜ ਕੀਤਾ ਜਾਂਦਾ ਹੁਣ ਆਪਾਂ ਚੱਲੇ ਹਾਂ ਰੇਲ ਕੋਚ ਫੈਕਟਰੀ ਤੋਂ ਬਾਹਰ ਅਤੇ ਬਾਹਰ ਜਾ ਕੇ ਤੁਹਾਨੂੰ ਕੁਛ ਅਸੀਂ ਖਾਣਾ ਪੀਣਾ ਵਾ ਉਹ ਦਿਖਾਉਂਦੇ ਹਾਂ ਐਂਡ ਬਾਕੀ ਵੀਡੀਓ ਗਾਈਜ਼ ਪੂਰੀ ਦੇਖਿਓ ਸਕਿੱਪ ਨਾ ਕਰਿਓ ਬਹੁਤ ਇੰਟਰਸਟਿੰਗ ਆ ਆਪਾਂ ਹੁਣ ਆਰ ਸੀ ਐਫ ਤੋਂ ਆ ਚੁੱਕੇ ਹਾਂ ਬਾਹਰ ਅਤੇ ਕੁਛ ਖਾਣ ਪੀਣ ਦੇ ਹੈਗੇ ਆਪਣੇ ਫਰੈਂਡਸ ਆ ਜੋ ਬਣਾ ਰਹੇ ਆ ਸਹੀ ਗੱਲ ਆ ਭਰਾਵਾ ਕੁਛ ਵੀ ਨਹੀਂ ਪੁੱਛਿਆ ਸਾਨੂੰ ਆਵੇ ਹੈਲੋ ਫਰੈਂਡਸ ਹਾਏ ਬੋਲੋ ਦੋਨੋਂ ਭਾਈ ਇੱਦਾਂ ਕੀ ਹਾਲ ਆ ਜਿਮ ਕਰਦਾ ਮੁੰਡਾ ਇਹ ਇਹਦੇ ਨਾਲ ਇਹ ਆਪਾਂ ਨੂੰ ਹੁਣੇ ਮਿਲੇ ਆ ਬਾਹਰ ਹੀ ਦੋਵੇਂ ਜਣੇ ਕਹਿੰਦਾ ਭਾਈ ਸਾਹਿਬ ਆਪਣਾ ਵੱਡਾ ਕਰਦਾ ਕਹਿੰਦਾ ਭਾਈ ਸਾਹਿਬ
ਸਪਰਿੰਗ ਰੋਲ ਦੇ ਬਰਗਰ ਓਕੇ ਆਇਓ ਆਪਾਂ ਹੀ ਖਾ ਵੀ ਲਈਏ ਨਹੀਂ ਆਪਾਂ ਵੀਡੀਓ ਬਣਾਉਂਦੇ ਰਹੇ ਨਾ ਹਾਸੇ ਤੋਂ ਮਾਮਾ ਬੋਹ ਗਏ ਉਹ ਕਪਿਲ ਸ਼ਰਮਾ ਨਹੀਂ ਚਿੰਪੈਂਜੀ ਨੋਨੂ ਜੀ ਹੱਸ ਰਹੇ ਨੇ ਕਹਿੰਦੇ ਕੇਡੀਅਨਸ ਵੀ ਲੈਣਾ ਵੇ ਕਿੱਦਾਂ ਲੈਣਾ ਵੇ ਤੂੰ ਇਹ ਨੱਕ ਦੀ ਪਲਾਸਟਿਕ ਸਰਜਰੀ ਹੋ ਜਾਂਦੀ ਬਾਈ ਹੋ ਜਾਂਦੀ ਮਸ਼ੀਨਾਂ ਨੇ ਰੇਡੀ ਹੋ ਟਿਕਾ ਹੈ ਓਏ ਮਸ਼ੀਨਾਂ ਹੁੰਦੀਆਂ ਨਹੀਂ ਵੱਡੀਆਂ ਤੂੰ ਵੀ ਬੋਲ ਪਾ ਕੁਝ ਗਾਣੇ ਸੁਣਾ ਦੇ ਚੱਲ ਜਸੜ ਨੂੰ ਮਾਤ ਪਾਉਂਦੇ ਆ ਭਾਈ ਬੋਲਦਾ ਨੀ ਕੋਈ ਸ਼ਰਮਾਈ ਜਾਂਦਾ ਹੱਸ ਪਿਆ ਸਾਰਾ ਕੁਛ ਖਾ ਪੀ ਲਿਆ ਥੋੜਾ ਬਹੁਤ ਸਮਾਨ ਲੈਣਾ ਹੀ ਆਵੇ ਉਹ ਵੀ ਲੈ ਲਿਆ ਵਾ ਐਂਡ ਅੱਜ ਦਾ ਵਲੌਗ ਬਾਕੀ ਆਪਾਂ ਕਰਦੇ ਹਾਂ ਇੱਥੇ ਹੀ ਐਂਡ ਲੇਕਿਨ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਇਹ ਜਸਟ ਨਾ ਇੱਕ ਓਵਰਵਿਊ ਸੀਗਾ ਤੁਹਾਨੂੰ ਆਰਸੀਐਫ ਦਾ ਦਿੱਤਾ ਇਹਦੀ ਡਿਟੇਲਡ ਵੀਡੀਓ ਜਾਂ ਪਾਰਟ 2 ਜ਼ਰੂਰ ਆਊਗਾ ਉਹ ਤੁਸੀਂ ਜ਼ਰੂਰ ਦੇਖਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।